ਚ ਪੜਨ ਲਈ ਭੇਜੀ ਆ ਤੇ ਸਕੂਲ ਵਿੱਚ ਹੀ ਗਲਤ ਕੰਮ ਹੋਇਆ ਐਲਕੇਜੀ ਕਲਾਸ ਚ ਮੇਰੀ ਬੱਚੀ ਪੜਦੀ ਆ ਕਿੰਨੀ ਉਮਰ ਹੈ 4 ਸਾਲ ਕੀ ਗਲਤ ਕੰਮ ਹੋਇਆ ਗਲਤ ਕੰਮ ਜੋ ਗਲਤ ਹੁੰਦਾ ਉਹ ਹੀ ਹੋਇਆ ਤੁਸੀਂ ਕਿਹਨੂੰ ਸੂਚਿਤ ਕੀਤਾ ਬਾਜ ਬਾਹਰ ਇਹਦਾ ਮੈਡੀਕਲ ਚੈੱਕਅਪ ਕਰਾਇਆ ਉਹਨਾਂ ਨੇ ਪੁਲਿਸ ਨੂੰ ਕੀਤੀ ਆ ਇਨਫੋਰਮ ਅਸੀਂ ਨਹੀਂ ਕੀਤੀ ਇਨਫੋਰਮ ਪੁਲਿਸ ਨੂੰ ਕਦੋਂ ਬੱਚੀ ਨੂੰ ਭੇਜਿਆ ਕਦੋਂ ਦੀ ਗੱਲ ਹੈ ਸਾਰੀ ਇਹ ਕੱਲ ਦੀ ਗੱਲ ਜੇ ਕੱਲ ਬੱਚੀ ਨੂੰ ਸਵੇਰੇ ਸਕੂਲ ਭੇਜਿਆ ਤਾਂ ਦੁਪਹਿਰੀ ਬੱਸ ਆਉਂਦੀ ਆ ਉਦਾਂ ਰੋਜ਼ ਬੱਚੀ ਤੇ ਕੱਲ ਮੈਡਮ ਦਾ ਪਰਸੋਂ ਫੋਨ ਰਾਤੀ 10:30 ਵਜੇ ਆਇਆ ਕਿ ਯੂਨੀਫਾਰਮ ਜ਼ਰੂਰੀ ਹੈ ਚਾਹੀਦੀ ਕਿ ਯੂਨੀਫਾਰਮ ਪਾ ਕੇ ਹੀ ਬੱਚੇ ਨੂੰ ਭੇਜੋ 8 ਦਿਨ ਹੋਏ ਬੱਚੇ ਦੀ ਸਕੂਲ 'ਚ ਐਡਮਿਸ਼ਨ ਕਰਵਾਈ ਤਾਂ ਜਦੋਂ ਯੂਨੀਫਾਰਮ ਇੱਥੋਂ ਨਹੀਂ ਮਿਲਦੀ ਗੁਰਦਾਸਪੁਰ 'ਚ ਉਹ ਧਾਰੀਵਾਲ ਵੱਲੋਂ ਮਿਲਦੀ ਆ ਅਸੀਂ ਧਾਰੀਵਾਲ ਲੈਣ ਲਈ ਕੱਲ ਗਏ ਹਾਂ ਬੱਚਿਆਂ ਨੂੰ ਇੱਥੋਂ ਸਕੂਲੋਂ ਹੀ ਪਿਕਅਪ ਕਰਕੇ ਮੈਂ ਆਪਣੇ ਚਾਚੇ ਸਹੁਰੇ ਨਾਲ ਆਈ ਹਾਂ ਤਾਂ ਉਹਨਾਂ ਨਾਲ ਹੀ ਮੈਂ ਜਾ ਕੇ ਧਾਰੀਵਾਲੋਂ ਲੈ ਕੇ ਆਈ ਹਾਂ ਯੂਨੀਫਾਰਮ ਯੂਨੀਫਾਰਮ ਲਿਆ ਕੇ ਸਾਨੂੰ 5 ਵੱਜ ਗਏ ਆ ਘਰ ਜਾਂਦਿਆਂ ਘਰ ਜਾ ਕੇ ਮੈਂ ਵੀ ਥਕਾਵਟ ਕਾਰਨ ਸੋ ਗਈ ਤਾਂ ਬੱਚਾ ਵੀ ਆ ਕੇ ਸਹਿਮਿਆ ਦਾ ਸੀ ਉਹ ਵੀ ਸੋ ਗਿਆ ਮੇਰੇ ਨਾਲ ਕੋਈ ਗੱਲ ਨਹੀਂ ਬੱਚੇ ਨੇ ਕੀਤੀ ਤਾਂ ਰਾਤੀ ਜਦੋਂ ਬੱਚੇ ਨੂੰ 10 ਵਜੇ ਮੈਂ ਉਠਾਇਆ ਕਿ ਉੱਠ ਬੱਚੇ ਕੀ ਗੱਲ ਪੁੱਤ ਤੈਨੂੰ ਹੈ ਤਾਂ ਇਹ ਬਾਥਰੂਮ ਗਈ ਹੈ ਤਾਂ ਕਹਿੰਦੀ ਮੰਮਾ ਮੈਨੂੰ ਦਰਦ ਹੋਣ ਡੀ ਆ ਜਦੋਂ ਮੈਂ ਜਾ ਕੇ ਦੇਖਿਆ ਤਾਂ ਬਲੀਡਿੰਗ ਹੋਈ ਦੀ ਆ ਤਾਂ ਉਸੇ ਵੇਲੇ ਮੈਂ ਆਪਣੇ ਹਸਬੈਂਡ ਨੂੰ ਫੋਨ ਕੀਤਾ ਤਾਂ ਇਹ ਆ ਗਏ ਆ ਤਾਂ ਬਾਅਦ ਵਿੱਚ ਆਪਣੇ ਬ੍ਰਦਰ ਨੂੰ ਕੀਤਾ ਤਾਂ ਉਸੇ ਵੇਲੇ ਹਸਪੀਟਲ ਲੈ ਕੇ ਚੱਲ ਗਏ ਬਾਅਦ 'ਚ ਤਾਂ ਉਹਨਾਂ ਨੇ ਕੀਤਾ ਚੈੱਕਅਪ ਮੈਡਮ ਵੀ ਆ ਗਈ ਜਦੋਂ ਤੁਸੀਂ ਫੋਨ ਕੀਤਾ ਮੈਡਮ ਨੂੰ ਦੱਸਿਆ ਬੱਚੇ ਮੈਡਮ ਨੂੰ ਫੋਨ ਕੀਤਾ ਮੈਡਮ ਬਲਵਿੰਦਰ ਕੌਰ ਮੈਡਮ ਨੇ ਫੋਨ ਚੁੱਕਿਆ ਉਹਨਾਂ ਨੂੰ ਸਾਰੀ ਗੱਲ ਦੱਸੀ ਆ ਉਹਨਾਂ ਨੂੰ ਮੈਂ ਫੋਟੋਆਂ ਵੀ ਭੇਜੀਆਂ ਬੱਚੇ ਦੀਆਂ ਕੋਈ ਕਾਰਵਾਈ ਨਹੀਂ ਹੋਈ ਲੇਕਿਨ ਕੋਈ ਕਾਰਵਾਈ ਨਹੀਂ ਹੋਈ ਤਾਂ ਜਿਹੜੀ ਮੈਡਮ ਵੱਲੋਂ ਕਹਿ ਰਹੀ ਹੈ ਬੱਚਾ ਕਿ ਮੈਂ ਮੈਡਮ ਨੂੰ ਕਿਹਾ ਉਹ ਮੈਡਮ ਨੇ ਮੇਰਾ ਫੋਨ ਨਹੀਂ ਚੁੱਕਿਆ ਕੀ ਮੰਗ ਕਰਦੇ ਤੁਸੀਂ ਮੈਂ ਬੱਚੇ ਨੂੰ ਕਹਿੰਦੇ ਚਾਹੁੰਦੀ ਹਾਂ ਕਿ ਕਿਉਂ ਇੱਦਾਂ ਕਿਸੇ ਦੇ ਬੱਚੇ ਨਾਲ ਹੋ ਸਕਦਾ ਜਿੱਦਾਂ ਮੇਰੇ ਬੱਚੇ ਨਾਲ ਹੋਇਆ ਕਿਉਂ ਇੱਦਾਂ ਕਰਦੇ ਆ ਸਕੂਲ ਵਿੱਚ ਰਿਸਪੋਂਸਿਬਿਲਟੀ ਬੱਚੇ ਘਰਦਿਆਂ ਦੀ ਨਹੀਂ ਸਕੂਲ ਦੀ ਹੁੰਦੀ ਆ ਭਾਜੀ ਕੀ ਕਹਿਣਾ ਚਾਹੋਗੇ ਬੱਚੇ ਨਾਲ ਘਿਨੌਣੀ ਹਰਕਤ ਹੋਈ ਆ ਕੀ ਕਹਿਣਾ ਚਾਹੋਗੇ ਇਹ ਕੰਮ ਬਹੁਤ ਮਾੜਾ ਹੈ ਸਕੂਲ ਵੱਲੋਂ ਜੀ ਇੱਥੇ ਸਖਤ ਕਾਰਵਾਈ ਕੀਤੀ ਜਾਏ ਤੁਹਾਨੂੰ ਕਿੱਦਾਂ ਪਤਾ ਲੱਗਾ ਇਹ ਸਾਨੂੰ ਰਾਤੀ 10 ਵਜੇ ਪਤਾ ਲੱਗਾ ਜੀ ਜਦੋਂ ਬੱਚਾ ਬਾਥਰੂਮ ਚੱਲਾ ਤਾਂ ਇੱਕਦਮ ਮੰਮਾ ਪੀੜ ਹੋ ਰਹੀ ਆ ਉਹ ਦੇਖਿਆ ਥੱਲੇ ਸਾਰਾ ਬਲੱਡ ਲੱਗਿਆ ਹੋਇਆ ਡਾਕਟਰ ਕੀ ਕਹਿੰਦੇ ਨੇ ਡਾਕਟਰ ਕਹਿੰਦੇ ਕਿ ਇਹ ਤਾਂ ਸੈਕਸ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਕੀ ਮੰਗ ਕਰਦੇ ਕੀ ਹੁਣ ਸਕੂਲ ਮੰਗ ਕਰਦੇ ਕਿ ਸਕੂਲ ਦੇ ਵਿੱਚ ਹੋਣਾ ਚਾਹੀਦਾ ਵਾ ਕਿ ਕੀ ਤੁਹਾਡੀ ਰਿਸਪੋਂਸੀਬਿਲਟੀ ਆ ਕਿ ਬੱਚੇ ਤੁਹਾਡੇ ਜਿੰਮੇ ਭੇਜਦੇ ਆ ਕੱਲ ਨੂੰ ਅੱਜ ਸਾਡੀ ਧੀ ਨਾ ਹੋਇਆ ਕੱਲ ਨੂੰ ਕਿਸੇ ਧੀ ਨਾ ਹੋ ਸਕਦਾ ਵਾ ਹੁਣ ਸਕੂਲ ਵਾਲੇ ਕੀ ਕਹਿੰਦੇ ਫਿਲਹਾਲ ਸਕੂਲ ਵਾਲੇ ਕਹਿੰਦੇ ਅੰਦਰ ਆਓ ਟੇਬਲ ਬੈਠੋ ਗੱਲ ਕਰੋ ਸਾਡੇ ਨਾਲ ਤੁਸੀਂ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਹਾਂ ਜਿਹੜਾ ਬੰਦਾ ਉਹਨੂੰ ਫੜੋ ਜਾਏ ਤੇ ਸਕੂਲ ਬੰਦ ਕੀਤਾ ਜਾਏ ਅੱਜ ਇਨਫੋਰਮੇਸ਼ਨ ਆਈ ਸੀਗੀ ਭਈ ਇੱਕ ਛੋਟੀ ਬੱਚੀ ਜਿਹੜੀ ਸੁਖਜਿੰਦਰਾ ਕਾਲਜ ਦੇ ਵਿੱਚ ਪੜ੍ਹਦੀ ਸੀ ਐਲਕੇਜੀ ਦੇ ਵਿੱਚ 4 ਸਾਲ ਏਜ ਹੈ ਉਹਦੀ ਉਹਦੇ ਅਲਰਜ ਰੇਪ ਦੀ ਜਿਹੜੀ ਹੈ ਇਨਫੋਰਮੇਸ਼ਨ ਸੀਗੀ ਉਹਦੇ ਸੰਬੰਧ ਦੇ ਵਿੱਚ ਆ ਕੇ ਅਸੀਂ ਹੁਣ ਉਹਨਾਂ ਦੀ ਸਟੇਟਮੈਂਟ ਲੈ ਕੇ ਲੜਕੀ ਦੀ ਮਾਤਾ ਦੀ ਸਟੇਟਮੈਂਟ ਲੈ ਕੇ ਕੇਸ ਰਜਿਸਟਰ ਕਰਕੇ ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਪਲੱਸ ਅਸੀਂ ਬਾਕੀ ਇਨਵੈਸਟੀਗੇਸ਼ਨ ਸਾਰੀ ਕਰ ਰਹੇ ਹਾਂ ਸਰ ਕੋਈ ਅਰੈਸਟ ਵੀ ਕੀਤੀ ਹੈ ਜੀ ਅਜੇ ਅਸੀਂ ਸਾਰਾ ਕਰ ਰਹੇ ਹਾਂ ਜੀ ਅਜੇ ਤੁਹਾਨੂੰ ਦੱਸਿਆ ਵੀ ਜਸਟ ਐਫ ਆਈ ਆਰ ਲਾਂਚ ਅਸੀਂ ਸਟੇਟਮੈਂਟ ਲਈ ਹੈ ਐਫ ਆਈ ਆਰ ਲਾਂਚ ਕਰ ਰਹੇ ਹਾਂ ਅਸੀਂ ਔਰ ਐਫ ਆਈ ਆਰ ਲਾਂਚ ਕਰਨ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਅਕੋਰਡਿੰਗਲੀ ਜਿਹਦਾ ਜਿਹਦਾ ਵੀ ਬਣਦੀ ਹੋਏਗੀ ਕਾਰਵਾਈ ਦੇ ਖਿਲਾਫ਼ ਕਾਰਵਾਈ ਹੋਏਗੀ ਕੀਤਾ ਹੈ ਵੀ ਕੱਲ੍ਹ ਇੱਦਾਂ ਬੱਚੀ ਆਈ ਸੀ ਸਕੂਲ ਬੱਚੀ ਨੂੰ ਛੱਡ ਕੇ ਗਏ ਸੀ ਜਦੋਂ ਵਾਪਸ ਲੈ ਕੇ ਗਏ ਬੱਚੀ ਨੂੰ ਕਰੀਬ 2:30-3 ਵਜੇ ਅਤੇ ਘਰ ਜਾ ਕੇ ਰਾਤ ਬੱਚੀ ਨੇ ਜਿਹੜੀ ਹੈ ਉਹ ਪੇਨ ਫੀਲ ਕੀਤੀ ਉਹਨੂੰ ਉਹਨਾਂ ਨੇ ਰਾਤ ਹੀ ਉੱਥੇ ਐਡਮਿਟ ਕਰਾਇਆ ਅਤੇ ਉਹਦੀ ਇਨਫੋਰਮੇਸ਼ਨ ਜਿਹੜੀ ਹੈ ਸਾਨੂੰ ਅੱਜ ਜਿਹੜੀ ਮੋਰਨਿੰਗ ਜਿਹੜੀ ਹੈ ਕੋਈ 3-4 ਵਜੇ ਜਿਹੜੀ ਇਨਫੋਰਮੇਸ਼ਨ ਮਿਲੀ ਉਹਦੇ ਸੰਬੰਧ ਦੇ ਵਿੱਚ ਹੁਣ ਅਸੀਂ ਇੱਥੇ ਆਣ ਕੇ ਅਤੇ ਸਟੇਟਮੈਂਟ ਰਿਕਾਰਡ ਕੀਤੀ ਗਈ ਹੈ ਲੜਕੀ ਦੀ ਮਾਤਾ ਦੀ ਉਹਦੀ ਸਟੇਟਮੈਂਟ ਰਿਕਾਰਡ ਕਰਕੇ ਉਹ ਸਾਰਾ ਕੁਝ ਅਸੀਂ ਦੇਖ ਰਹੇ ਹਾਂ ਅਜੇ ਅਨਨੋਨ ਬੰਦਿਆਂ ਦੇ ਖਿਲਾਫ਼ ਜਿਹੜਾ ਵਾ ਉਹ ਕੇਸ ਰਜਿਸਟਰ ਕੀਤਾ ਗਿਆ ਜੋ ਵੀ ਦੋਸ਼ੀ ਪਾਇਆ ਜਾਏਗਾ ਉਹਦੀ ਸਟ੍ਰਿਕਟ ਐਸ ਪਰ ਲਾਅ ਸਟ੍ਰਿਕਟ ਜਿਹੜੀ ਹੈ ਉਹਦੇ ਅਗੇਂਸਟ ਪੋਸਕੋ ਐਕਟ ਔਰ 376 ਦੇ ਅਗੇਂਸਟ ਅਸੀਂ ਕੇਸ ਰਜਿਸਟਰ ਕਰ ਰਹੇ ਹਾਂ ਸਟ੍ਰਿਕਟ ਉਹਦੇ ਅਗੇਂਸਟ ਜਿਹੜਾ ਕਾਰਵਾਈ ਕੀਤੀ ਤੇਰੇ 10 ਵਜੇ ਜੀ ਮੈਨੂੰ ਇਨਫੋਰਮੇਸ਼ਨ ਮਿਲੀ ਸੀਗੀ ਹੈ ਔਰ 10 ਵਜੇ ਮੈਂ 10:15 ਵਜੇ 10:20 ਤੇ ਮੈਂ ਇੱਥੇ 10:20 ਤਾਂ ਮੈਂ ਆਇਆ ਵਾਂ ਉਸ ਵੇਲੇ ਤਾਂ ਪਹਿਲੇ ਮੈਂ ਉਹਨਾਂ ਨੂੰ ਪਰਸਿਊ ਕਰ ਰਿਹਾ ਉਹਨਾਂ ਨੂੰ ਮੈਂ ਕਹਿ ਰਿਹਾ ਸੀਗਾ ਕਿ ਤੁਸੀਂ ਉੱਥੇ ਜਾਮ ਵਗੈਰਾ ਨਾ ਲਾਓ ਔਰ ਇੱਥੇ ਆਣ ਕੇ ਕਰੋ ਬਟ ਉਹ ਇਸ ਗੱਲ 'ਤੇ ਵੀ ਐਡਾਮੈਂਟ ਸੀ ਵੀ ਅਸੀਂ ਉੱਥੇ ਸੜਕ 'ਤੇ ਬੈਠ ਕੇ ਅਸੀਂ ਬਿਆਨ ਦੇਣੇ ਆ ਉੱਥੇ ਹੀ ਸਾਡੀ ਲੇਡੀ ਸਬ ਇੰਸਪੈਕਟਰ ਜਿਹੜੀ ਆ ਉਹ ਬੁਲਾ ਕੇ ਔਰ ਲੇਡੀ ਸਬ ਇੰਸਪੈਕਟਰ ਵੀ ਜਿਹੜੀ ਪਿੱਛੇ ਜਾਮ 'ਚ ਕਾਫੀ ਫਸੀ ਰਹੀ ਉਹ ਆਉਂਦਿਆਂ ਕਰੀਬ 11 ਵਜੇ ਆਈ ਹੈ 11 ਵਜੇ ਦੀ ਆ ਕੇ ਉਸੇ ਵੇਲੇ ਦੀ ਉਹ ਸਟੇਟਮੈਂਟ ਲਿਖ ਰਹੀ ਹੈ ਸੜਕ 'ਤੇ ਬੈਠ ਕੇ ਉਹਨੇ ਹੁਣ ਸਟੇਟਮੈਂਟ ਰਿਕਾਰਡ ਕੀਤੀ ਹੈ ਸਟੇਟਮੈਂਟ ਰਿਕਾਰਡ ਹੋ ਚੁੱਕੀ ਹੈ ਔਰ ਉਹ ਅਸੀਂ ਐਫ ਆਈ ਆਰ ਲਾਂਚ ਕਰਨ ਲਈ ਭੇਜਤੀ ਹੈ ਉਹ ਵਿਦਇਨ 1 ਐਂਡ 2 ਆਵਰਸ ਜਿਹੜਾ ਉਹ ਕਰਾ ਕੇ ਮੈਡੀਕਲ ਕਰਵਾ ਕੇ ਉਹਦੇ ਨਾਲ ਨਾਲ ਪੈਰਲਲ ਉਦੋਂ ਦੇ ਹੀ ਅਸੀਂ ਜਿਹੜਾ ਵੈ ਸਾਰਾ ਸੀਨ ਆਫ ਕ੍ਰਾਈਮ ਇੰਸਪੈਕਟ ਕੀਤਾ ਹੈ ਪਲੱਸ ਨਾਲ ਨਾਲ ਜਿਹੜੇ CCTV ਕੈਮਰੇਜ਼ ਹੈ ਉਹ ਅਸੀਂ ਇੰਸਪੈਕਟ ਕਰ ਰਹੇ ਹਾਂ ਜਿਹੜੇ ਜਿਹੜੇ ਵੀ ਇਹਦੇ ਸਕੂਲ ਦੇ ਵਿੱਚ ਜਿਹੜੇ ਇਹਨਾਂ ਦੀ ਕਲਾਸਰੂਮ 'ਚ ਗਏ ਸੀਗੇ ਕੱਲ੍ਹ ਟੀਚਰਸ ਕੀ ਸੀ ਔਰ ਛੋਟੇ ਬੱਚੇ ਜਿਹੜੇ ਹੋਰ ਇਹਦੇ ਨਾਲ ਇਹਦੇ ਜਿਹੜੇ ਸਹਿਪਾਠੀ ਹੈ ਉਹਨਾਂ ਕੋਲੋਂ ਵੀ ਅਸੀਂ ਜਿਹੜੀ ਹੈ ਛੋਟੇ ਬੱਚੇ ਨੇ ਇਸ ਕਰਕੇ ਲੇਡੀਜ਼ ਉਹਨਾਂ ਦੀ ਬੁਲਾਈਆਂ ਗਈਆਂ ਉਹਨਾਂ ਨੂੰ ਵੀ ਅਸੀਂ ਪੁੱਛਗਿੱਛ ਕਰਾਂਗੇ ਔਰ ਸਾਰੇ ਸਟਾਫ ਦਾ ਅਸੀਂ ਲੈ ਕੇ ਸਾਰਾ ਸਟਾਫ ਕਿਹੜਾ ਟੋਟਲ ਸਟਾਫ ਹੈ ਉਹਨਾਂ ਦੇ ਕੋਲੋਂ ਵੀ
ਅਸੀਂ ਸਾਰੀ ਇਹ ਪੁੱਛਗਿੱਛ ਕਰ ਰਹੇ ਹਾਂ ਉਹ ਸਾਰਾ ਸਿਸਟਮ ਚੱਲ ਰਿਹਾ ਇਹ ਸਭ ਇਹਦੇ ਵਿੱਚ ਅਸੀਂ ਜਿਹੜੀ ਹੈ ਬਲਵਿੰਦਰ ਜਿਹੜੀ ਹੈ ਮੈਡਮ ਉਹਨਾਂ ਦੀ ਜਿਹੜੀ ਕਲਾਸ ਟੀਚਰ ਹੈ ਹਾਲ ਦੀ ਘੜੀ ਉਹਨਾਂ ਦੇ ਸਟੇਟਮੈਂਟ ਰਿਕਾਰਡ ਕੀਤੀ ਗਈ ਹੈ ਅਮਨਦੀਪ ਮੈਡਮ ਨੇ ਇੱਕ ਉਹਨਾਂ ਨੂੰ ਮੈਂ ਪੁੱਛਗਿੱਛ ਕੀਤੀ ਹੈ ਜਸਟ ਅਜੇ ਡਿਟੇਲ ਨਹੀਂ ਕੁਝ ਪੁੱਛਗਿੱਛ ਕੀਤੀ ਹੋਰ ਬਾਕੀ ਮੈਂ ਤੁਹਾਨੂੰ ਦੱਸਿਆ ਵੀ ਮੈਂ ਲਿਸਟਾਂ ਮੰਗਾਈਆਂ ਵਾ ਜਿਹਦੀ ਵੀ ਜ਼ਰੂਰਤ ਹੋਏਗੀ ਉਹ ਅਸੀਂ ਉਹਦੇ ਹਿਸਾਬ ਦੇ ਨਾਲ ਉਹਦੇ ਕੋਲ ਪੁੱਛਗਿੱਛ ਕਰਕੇ ਜੋ ਵੀ ਤੱਥ ਸੱਚ ਸਾਹਮਣੇ ਆਏਗਾ ਉਹਦੇ ਅਕੋਰਡਿੰਗਲੀ ਕਾਰਵਾਈ ਕੀਤੀ ਜਾਵੇਗੀ।